ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 1 ਕਿਲੋ ਅਫੀਮ ਸਮੇਤ 1 ਤਸਕਰ ਗ੍ਰਿਫਤਾਰ। ਪਾਤੜਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ 1 ਕਿਲੋ ਅਫੀਮ ਸਮੇਤ ਪਾਤੜਾ ਦੇ ਬੱਸ ਸਟੈਂਡ ਤੋਂ 1 ਤਸਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਾਤੜਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਤੜਾ ਤੋਂ ਸਟਾਫ ਰਿਪੋਰਟਰ ਲਖਵਿੰਦਰ ਸਿੰਘ ਗੋਲਣ ਦੀ ਵਿਸ਼ੇਸ਼ ਰਿਪੋਰਟ। ਜਗਨਨਾਥ ਥਾਣਾ ਪਾਤੜਾ ਸਮੇਤ ਪੁਲਿਸ ਪਾਰਟੀ ਦੇ ਨਰਵਾਣਾ ਬਾਈਪਾਸ 'ਤੇ ਨਾਕਾ ਲਗਾਇਆ ਹੋਇਆ ਸੀ ਤਾਂ ਨਾਕੇ ਦੌਰਾਨ ਉਸਨੂੰ ਸਲਾਹ ਮਿਲੀ ਕਿ ਇੱਕ ਬਿੱਟੂ ਨਾਂ ਦਾ ਬੰਦਾ ਜੋ ਘੱਗੇ ਦਾ ਰਹਿਣ ਵਾਲਾ ਹੈ, ਬਿੱਟੂ ਸਨਫ ਜੱਗਾ ਸਿੰਘ, ਵੀ ਉਹ ਅਫੀਮ ਲਿਆ ਕੇ ਵੇਚਣ ਦਾ ਕੰਮ ਕਰਦਾ ਵੀ ਅੱਜ ਉਹ ਮੱਧ ਪ੍ਰਦੇਸ਼ ਤੋਂ ਆ ਰਿਹਾ ਇੱਥੇ ਬੱਸ ਸਟੈਂਡ ਤੋਂ ਉਤਰ ਕੇ ਪਾਤੜਾ ਸ਼ਹਿਰ ਵੱਲ ਜਾਣਾ ਉਹਨੇ ਤਾਂ ਜਗਨਨਾਥ ਨੇ ਮੁਖਰੀ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਵਾਇਆ ਅਤੇ ਫਿਰ ਜ਼ਾਬਤੇ ਅਨੁਸਾਰ ਐੱਸ ਆਈ ਬੀਰਬਲ ਸ਼ਰਮਾ ਜੀ ਨੇ ਮੇਰੇ ਨਾਲ ਬੈਠੇ ਨੇ, ਇਹਨਾਂ ਨੇ ਮੌਕੇ 'ਤੇ ਜਾ ਕੇ ਉਹ ਵਿਅਕਤੀ ਜਿਹੜਾ ਬੱਸ ਸਟੈਂਡ ਨਵੇਂ ਬੱਸ ਸਟੈਂਡ ਕੋਲੋਂ ਤੁਰਿਆ ਹੁੰਦਾ ਸੀ ਪੈਦਲ, ਪਿੱਠੂ ਬੈਗ ਉਹਦੇ ਪਾਇਆ ਹੋਇਆ ਸੀ ਕਾਲੇ ਰੰਗ ਦਾ, ਤਾਂ ਉਹ ਜ਼ਾਬਤੇ ਅਨੁਸਾਰ ਪਿੱਠੂ ਬੈਗ ਦੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ ਹੈ ਅਤੇ ਉਹ ਅਫੀਮ ਬਰਾਮਦ ਕਰਕੇ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀ ਨੂੰ ਅਸੀਂ ਕੱਲ੍ਹ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ। ਉਹਦਾ ਪ੍ਰੋਪਰ ਸਾਰਾ ਵੀ ਕਿੱਥੋਂ ਆਈ ਹੈ ਅਫੀਮ, ਕਿਹਦੇ ਕਿਹਦੇ ਕੋਲ ਜਾਣੇ ਸੀ, ਵੈਸੇ ਮੁੱਢਲੀ ਤੁਤੀਸ਼ ਨੇ ਦੱਸਿਆ ਕਿ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਅਤੇ ਅੱਗੇ ਕਿਹਨੂੰ ਕਿਹਨੂੰ ਦੇਣੀ ਹੈ ਉਹਦੇ ਬਾਰੇ ਜੇ ਪ੍ਰੋਪਰ ਨਹੀਂ ਦੱਸ ਰਿਹਾ ਅਤੇ ਉਹ ਅਸੀਂ ਪੂਰੀ ਪ੍ਰੋਪਰ ਕੋਸ਼ਿਸ਼ ਕਰਕੇ ਚੰਗੀ ਤਰ੍ਹਾਂ ਅਤੇ ਜੇ ਜਿੱਥੇ ਕਿਤੇ ਜਾਣੇ ਸੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਚੁੱਕਿਆ। ਇੰਨੀ ਕੀਮਤ ਬਾਜ਼ਾਰ 'ਚ ਕਿੰਨੀ ਕੀਮਤ ਅੱਗੇ ਜਾ ਸਕਦੀ ਜੀ? ਇਹ ਕਹਿ ਰਹੇ ਕਿ ਮੈਂ 1,20,000 ਰੁਪਏ ਦੀ ਕਿਲੋ ਲੈ ਕੇ ਆਇਆ ਅਤੇ ਅੱਗੇ ਕਰੀਬਨ 1.5-2 ਲੱਖ ਦੀ ਕਿਲੋ ਜਿਹੜਾ ਵੇਚਣੀ ਸੀਗੀ। ਇਹ ਪਹਿਲਾਂ ਵੀ ਕੋਈ ਪਤਾ ਲੱਗਿਆ ਪਹਿਲਾਂ ਤੁਸੀਂ ਵੇਚ ਰਹੇ ਕਿ ਪਹਿਲੀ ਵਾਰੀ? ਪਹਿਲਾਂ ਵੀ ਇਹਦਾ ਰਿਕਾਰਡ ਸੁਣਨ 'ਚ ਆਇਆ ਵੀ ਕੋਈ ਇੰਨਾ ਚੰਗਾ ਨਹੀਂ ਹੈ ਅਤੇ ਬਾਕੀ ਇਹਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਉਹ ਅਸੀਂ ਥਾਣਾ ਘੱਗੇ ਦਾ ਰਿਪੋਰਟ ਲੈ ਲਵਾਂਗੇ। ਇਹ ਧਾਰਾ 18-65 NDBS ਐਕਟ ਦੇ ਤਹਿਤ ਮੁਕੱਦਮਾ ਨੰਬਰ 71 ਥਾਣਾ ਪਾਤੜਾ ਉੱਤੇ ਦਰਜ ਕਰ ਲਿਆ ਗਿਆ ਅਤੇ ਦੋਸ਼ੀ ਨੂੰ ਲਿਆ ਕੇ ਬੰਦ ਹੋਣਾ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।